ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8420709817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਜਰਸੀ ਦਾ ਨਗੀਨਾ ਦਿਖਾਉਣਾ ਅਤੇ ਦਿਖਾਉਣਾ ਵੀ ਡਾਇਰੈਕਟ ਫਾਰਮ ਦੇ ਵਿੱਚ ਹੋਮ ਬਰੀਡ ਤਿਆਰ ਕੀਤੀ ਵੀ ਆ। ਸਾਰਾ ਤੁਹਾਨੂੰ ਇਹਦਾ ਬਾਇਓਡਾਟਾ ਮਿਲੂ ਕਿ ਇਹਦੀ ਮਾਂ ਦਾ ਰਿਕਾਰਡ ਆ ਅਤੇ ਕਿਹੜਾ ਇਹਦੇ ਸੀਮਨ ਲੱਗਿਆ ਵਾ। ਸੋ ਬਾਕੀ ਡਿਟੇਲ ਵੀਰ ਤੋਂ ਪੁੱਛਦੇ ਆਪਾਂ। ਸਤਿ ਸ਼੍ਰੀ ਅਕਾਲ ਬਾਈ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਬਾਈ ਨਾਮ ਮੇਰਾ ਮਨਪ੍ਰੀਤ ਸਿੰਘ ਆ, ਪਿੰਡ ਮੇਰਾ ਪਧੌੜਾ, ਦੀਪਗੜ੍ਹ ਰੋਡ ਪਧੌੜਾ। ਠੀਕ ਹੈ, ਜਿੱਥੇ ਆਪਣਾ ਬੁੱਟਰ ਡਾਕਟਰ ਦੀ ਰਹਿਸ ਡਾਕਟਰ ਦੇ ਜਮਾ ਨਾਲ। ਠੀਕ ਹੈ, ਅਤੇ ਮੋਬਾਈਲ ਨੰਬਰ ਆਪਣਾ ਜੀ 98720 87829 98720 87829 87829। ਜਿਹੜੀ ਵੀਰੇ ਆਪਾਂ ਜਰਸੀ ਬੱਚੀ ਦੇਖਦੇ ਪਏ, ਇਹ ਆਪਣੀ ਘਰ ਦੀ ਜੰਪਲ? ਹਾਂਜੀ, ਘਰ ਦੀ, ਘਰ ਦੀ। ਠੀਕ ਹੈ, ਇਹਦੀ ਉਮਰ ਅੰਦਾਜ਼ਾ ਲਾਈਏ ਵੀ ਕਿੰਨੀ ਕੁ ਹੋਊਗੀ? ਇਹਦੀ ਆਪਣਾ 2 ਸਾਲ ਦੀ ਗਰੀ ਹੋਈ। ਠੀਕ ਹੈ, ਇੱਦਾਂ ਦੰਦ ਵਗੈਰਾ ਦੇਖਿਆ ਨਹੀਂ? ਦੇਖੇ ਨਹੀਂ ਜੀ, ਮੈਂ ਦੋ ਦੰਦ ਹੋ ਸਕਦਾ ਮੈਂ ਦੇਖੇ ਨਹੀਂ ਜੀ ਦੰਦ ਮੈਂ। ਠੀਕ ਹੈ, ਅੰਦਾਜ਼ਾ ਵੀ 2 ਤੋਂ ਉੱਪਰ ਹੋ ਸਕਦੀ ਹੈ? 2 ਉੱਪਰ ਹੋ ਸਕਦੀ ਹੈ। ਠੀਕ ਹੈ, ਇਹਦੀ ਮਾਂ ਥਲੇ ਕਿੰਨਾ ਕੁ ਦੁੱਧ ਸੀ? ਤੇ ਮਾਂ ਥਲੇ 28 ਕਿਲੋ ਸੀ। ਪਿਓਰ ਜਰਸੀ ਸੀ? ਉਹ ਜਰਸੀ, ਪਿਓਰ ਜਰਸੀ। ਪਿਓਰ ਜਰਸੀ ਬਰੀਡ ਦੀ। ਆਪੇ ਪਤਾ ਕਿਹੜੇ ਸੀਮਨ ਦੀ ਹੈ? 50-60 ਦੀ ਹੈ ਜੀ। 50-60 ਦੀ ਆ, ਤੇ ਅੱਗੇ ਸੀਮਨ ਕਿਹੜਾ ਲੱਗਿਆ ਹੋਇਆ? ਵਰਲਡ ਵਾਈਡ ਦਾ ਰੌਕ ਦਾ ਸੀਮਨ ਲੱਗਿਆ ਹੋਇਆ। ਸਟਰਾਪ ਦਿਖਾ ਦਾਂਗੇ। ਹਾਂਜੀ ਹਾਂਜੀ, ਠੀਕ ਹੈ ਜੀ। ਵਰਲਡ ਵਾਈਡ ਦਾ ਰੌਕ ਦਾ ਸੀਮਨ ਲੱਗਿਆ ਵਾ। ਤੇ ਹੁਣ ਇਹਦੇ ਦਿਨ ਕਿੰਨੇ ਕੁ ਬਾਕੀ ਪਏ ਸੂਣ ਚ? 10 ਪਏ ਜੀ। 10 ਦਿਨ ਸੂਣ ਚ ਬਾਕੀ ਪਏ। 10 ਦਿਨ ਸੂਣ ਚ ਬਾਕੀ। ਤੇ ਇਹ ਤਾਂ ਆਪਾਂ ਅੰਦਾਜ਼ਾ ਲਾ ਸਕੇ ਵੀ ਸਟਾਰਟਿੰਗ ਕਿੰਨਾ ਕੁ ਦੁੱਧ ਪਾਊਗੀ ਇਹ? ਇਹਦੀ ਮਾਥਲੇ 28 ਸੀ ਤਾਂ ਘੱਟੋ ਘੱਟ ਦੇਖਣ ਦੇ ਹਿਸਾਬ ਨਾਲ 25 ਲੀਟਰ ਤੋਂ ਵਾਰ-ਵਾਰ ਜਾਣਾ ਚਾਹੀਦਾ ਜੀ। ਠੀਕ ਹੈ, 24-25 ਦਾ ਮੰਨ ਕੇ ਚੱਲ ਵੀ ਆਪਾਂ ਨੂੰ ਅੰਦਾਜ਼ਾ ਗੈਸ ਹੈਗਾ। ਹਾਂਜੀ 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 ਹਾਂਜੀ। ਠੀਕ ਹੈ, ਸੂਣ ਮਾਥਲੇ 28 ਕਿਲੋ ਸੀ। ਠੀਕ ਹੈ, ਸੂਣ ਦੇ ਵਿੱਚ ਇਹਦੇ ਦਿਨ ਪਏ ਹੈਗੇ? ਸੂਣ 10 ਦਿਨ ਪਏ। 10 ਦਿਨ ਹਜੇ ਪੈਂਡਿੰਗ ਪਿਆ। ਤੇ 10 ਦਿਨ ਉਹਨਾਂ ਦਾ ਜਮਾ ਕਰਨ ਵਾਲੀ ਕੱਚੇ ਰੇਤੇ ਤੇ ਬਿਠਾਉਣੀ ਪੈਣੀ ਹੈ, ਹਨਾ। ਸੋ ਵੀਰੋ ਬੈਠ ਦੇਖੋ, ਬਹੁਤ ਹੀ ਸੋਹਣਾ ਤੁਹਾਨੂੰ ਨਗੀਨਾ ਦਿਖਾਉਂਦੇ ਪਏ ਆ। ਤੇ ਵੀਰ ਦੇ ਅੰਦਰ ਫਾਰਮ ਵੀ ਦਿਖਾ ਦੇਣੇ, ਨਾਲ ਇਹ 'ਚ ਬੇੜਾ ਵੀ ਰੱਖਿਆ ਹੋਇਆ, ਨਾਲ 2 ਕੁ ਰੱਖੇ ਹੋਏ ਜਰਸੀ ਤੇ ਚੰਗੀਆਂ ਸੌਂਕ ਨਾਲ ਘਰੇ ਪਾਲੀ ਵੀ ਆ। ਸੋ 10 ਦਿਨ ਅਜੇ ਇਹਦੇ ਪੈਂਡਿੰਗ ਪਏ ਆ, ਤੇ ਹਵਾਨਾ ਦੇਖੋ ਕਰਮ ਵਾਲੇ ਦਾ ਅੱਗੇ ਪਿੱਛੇ ਦਾ। ਲੈ ਚੱਲ ਵੀਰੇ ਤੋਰ ਦੇ ਅੰਦਰ। ਠੀਕ ਆ, ਤੇ ਬਾਕੀ ਆਹ ਦੇਖੋ ਇਹਦੀ ਖੜਨੀ ਦੇਖੋ, ਕੋਈ ਇਹ ਨਹੀਂ ਗੱਲ ਵੀ ਥੱਲੇ ਖਮਚੇ ਨਾਲ ਲੱਗਦੀਆਂ। ਤੇ ਪੂਰੀ ਜਵਾਨੀ ਦੇ ਵਿੱਚ ਲਗਭਗ ਖੀਰੀ ਹੋਊਗੀ ਜਾਂ ਦੋਂ ਦਿਓ, ਦੰਦ ਵੀਰਾਂ ਨੇ ਦੇਖੇ ਨਹੀਂ। ਤੇ 2-2.5 ਸਾਲ ਦੇ ਵਿੱਚ ਇਹਦੀ ਏਜ 28 ਕਿਲੋ ਦੀ ਮਦਰ ਰਿਕਾਰਡ ਸੀਗਾ। ਤੇ ਪਲੂਣ ਪਹਿਲਾਂ ਸੂਆ ਸੁੰਦੀ ਪਈ ਆ, ਤੇ ਅੰਦਰ ਖੁੱਲ੍ਹੀ ਛੱਡ ਕੇ ਚੰਗੀ ਤਿਆਰ ਕਰੀ ਪਿਆ, ਧੱਕਾ ਕਰਦੀ ਆ, ਤੇ ਬੋਰੀਆਂ ਇਹਨੇ ਖਾਸੀਆਂ ਖਾਲੀ ਕਰਤੀਆਂ ਕਾਰਗਿਲ ਦੀਆਂ। ਸੋ ਲੇਵਾ ਦੇਖੋ, ਰੇਤੇ ਤੇ ਮਸਤ ਹੁੰਦੀ ਆ। ਸੋ ਇੱਦਾਂ ਦੀ ਬੈਠਣਾ, 24-25 ਕਿਲੋ ਦੁੱਧ ਦਊਗੀ ਤਾਂ ਮੰਨ ਕੇ ਚਲੋ ਬੈੜਾ ਰੱਖਣ ਦਾ ਫਾਇਦਾ ਕੋਈ ਨਹੀਂ। ਤੇ ਬਾਕੀ ਫੇਸ ਕੁਆਲਿਟੀ ਵਗੈਰਾ ਦੇਖੋ ਜੀ, ਪੂਰੀ ਜਿੰਦ ਜਾਣ ਬਰੀਡ ਦੇ ਵਿੱਚ ਆ, ਮੱਥੇ ਦੇ ਟੋਆ ਤੇ ਕੰਨ ਨਿੱਕਾ ਨਿੱਕਾ। ਸੋ ਵੀਰੋ ਬਾਕੀ ਫਾਰਮ ਵਗੈਰਾ ਦੇਖੋ, ਤੇ ਹੋਮ ਬਰੀਡ ਤਿਆਰ ਕਰੀ ਵੀ ਆ, ਕਾਫੀ ਵੀਰ ਦੇ ਹੋ ਰਹੇ ਚਾਹੇ ਬੈੜਾ ਵਗੈਰਾ ਰੱਖਿਆ ਵੀ ਆ। ਤੇ ਬਾਈ ਜੀ ਮੁੱਲ ਇਹਦਾ ਕੀ ਰੱਖਿਆ ਆਪਾਂ? ਮੁੱਲ ਬਾਈ ਇਹਦਾ 1,10,000 ਗੁੰਜਾਇਸ਼ ਹੋ ਜੂਗੀ, ਮਾਨਦਾਨ ਹੋ ਜੂ। ਸੋ 1,10,000 ਦੇ ਵਿੱਚੋਂ ਮਾਨਦਾਨ ਹੋ ਜੂ। ਤੇ ਪਿਓਰ ਜਰਸੀ ਬਰੀਡ ਦੀ ਬੈੜ, ਪਲੂਣ ਪਹਿਲਾਂ ਸੂਆ, ਹੋਮ ਬਰੀਡ ਇਹ ਆਪਾਂ ਦੱਸੀ ਹੈਗੀ ਕਿਹੜੇ ਦੀ? 40-0 50-60 ਜਿਹੜਾ ਗਏ। ਠੀਕ ਹੈ, ਅੱਗੇ ਲੈ ਉਹਦਾ ਲੱਗਿਆ ਹੋਇਆ ਇਹਦੇ, ਇਹ ਲੱਗਿਆ ਵਾ ਵਰਲਡ ਵਾਈਡ ਦਾ ਰੌਕ ਦਾ ਸੀਮਨ ਲੱਗਿਆ ਵਾ, ਸੀਮਨ ਵੀ ਘਰੇ ਪਿਆ। ਸੋ ਜਿਹੜੇ ਵੀਰ ਨੇ ਇਹਦੇ ਪੇਮੈਂਟ ਲਾ ਲਈ, ਮੰਨ ਕੇ ਚਲੋ ਵੀ ਸ਼ੌਂਕ ਵੀ ਹੋਊਗਾ, ਤੇ ਨਾਲ ਇਹਦੇ ਅੱਗੇ ਬਰੀਡ ਤਿਆਰ ਹੋਣੇ, ਕਿਉਂਕਿ ਦੂਜੀ ਜਨਰੇਸ਼ਨ ਵੀਰ ਦੇ ਘਰੇ ਹੈਗੀ। ਤੀਜੀ ਜੇ ਕਰੇ ਬੱਚੀ ਵਗੈਰਾ ਪਾਉਂਦੀ ਆ ਤਾਂ ਮੰਨ ਕੇ ਚਲੋ 4 ਦਿਨ ਲੱਗ ਜਾਣਾ, 10 ਦਿਨ ਅਜੇ ਸੂਣ ਦੇ ਵਿੱਚ ਬਾਕੀ ਪਏ। ਸੋ ਤਿਆਰੀ ਵਗੈਰਾ ਦੇਖੋ, ਬਹੁਤ ਪਿਆਰੀ ਤੇ ਚੰਗੀ ਤਿਆਰ ਹੋਈ ਵੀ ਬੈਡ ਫੋਰ ਸੇਲ ਆ। ਨੰਬਰ ਬੋਲ ਜੀ ਵੀਰ ਦੁਆਰੇ ਆਪਣਾ। 98720 87829। ਸੋ ਕਿਸੇ ਵੀਰ ਦੇ ਜਰਸੀ ਬੈਡ ਪਸੰਦ ਹੋਵੇ, ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ।